हेलो, सत श्री अकाल जी। अज आप बनावांगे मैंगो शेक। मैंगो शेक बनाने वास्ते आपां दो अंब लए ने, एक गिलास दुध लिया है, आपां खंड लई है। हुण आपां इहनू एक नूं आपां छिल लिया है, इहनू छिलदे आं। आपां पहलां छिलणा इहनू कट्टण तों। ਆਪਾਂ ਇਸ ਨੂੰ ਕੱਟਣ ਤੋਂ ਪਹਿਲਾਂ ਹੀ ਇੰਜ ਕਰਕੇ ਛਿੱਲ ਲੈਣਾ ਇਹਦੇ ਨਾਲ, ਆਲੂ ਛਿੱਲਣ ਵਾਲੀ ਨਾਲ। ਇਸ ਤਰੀਕੇ ਦੇ ਨਾਲ ਜਦੋਂ ਇਹਨੂੰ ਛਿੱਲ ਕੇ ਕੱਟਾਂਗੇ ਤਾਂ ਬਹੁਤ ਸੌਖੇ ਤਰੀਕੇ ਨਾਲ ਕੱਟਿਆ ਜਾਂਦਾ। ਹੁਣ ਆਪਾਂ ਇਹਨੂੰ ਪਲੇਟ 'ਚ ਕੱਟ ਲਾਂਗੇ। ਇਸ ਤਰੀਕੇ ਦੇ ਨਾਲ ਸਾਰੇ ਗਿੜਕ ਨੂੰ ਅਲੱਗ ਕਰ ਦੇਵਾਂਗੇ। ਹੁਣ ਆਪਾਂ ਅੰਬ ਨੂੰ ਕੱਟ ਲਿਆ, ਆ ਗਿੜਕ ਆਪਾਂ ਵੱਖਰੀ ਕਰ ਦਿੱਤੀ। ਇਹਨੂੰ ਹੁਣ ਆਪਾਂ ਜੱਗ 'ਚ ਪਾਵਾਂਗੇ। ਹੁਣ ਆਪਾਂ ਅੰਬ ਕੱਟ ਕੇ ਜੱਗ 'ਚ ਪਾ ਲਿਆ, ਇਹਦੇ 'ਚ ਆਪਾਂ ਖੰਡ ਨਾਲ ਹੀ ਪਾ ਲਵਾਂਗੇ। ਮਿੱਠਾ ਵੱਧ ਘੱਟ ਜਿੰਨਾ ਆਪਣਾ ਜ਼ਰੂਰਤ ਅਨੁਸਾਰ ਪਾਈਦਾ ਹਮੇਸ਼ਾ। ਆਪਾਂ 6-7 ਚਮਚੇ ਖੰਡ ਪਾਈਏ। ਇੱਕ ਗਿਲਾਸ ਦੁੱਧ ਆਪਾਂ ਪਹਿਲਾਂ ਪਾਵਾਂਗੇ, ਬਾਕੀ ਆਪਾਂ ਜ਼ਰੂਰਤ ਪਈ ਤੋਂ ਬਾਅਦ 'ਚ ਹੋਰ ਪਾਵਾਂਗੇ। ਆਪਾਂ ਇਸ ਨੂੰ ਹੱਥ ਵਾਲੇ ਗ੍ਰੈਂਡਰ ਦੇ ਨਾਲ ਹੀ ਬਣਾਵਾਂਗੇ। ਜੂਸ ਆਪਣਾ ਬਣ ਗਿਆ। ਹੁਣ ਆਪਾਂ ਇਹਦੇ 'ਚ ਆਹ ਦੁੱਧ ਵਧਿਆ ਸੀ, ਇੱਕ ਗਿਲਾਸ ਦੁੱਧ ਹੋਰ ਪਾਵਾਂਗੇ। ਜੂਸ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ। ਜੂਸ ਆਪਣਾ ਬਣ ਕੇ ਬਿਲਕੁਲ ਠੰਡਾ ਠੰਡਾ ਤਿਆਰ ਆ। ਆਪਾਂ ਜੂਸ ਹੁਣ ਪਾਉਂਦੇ ਹਾਂ ਗਲਾਸਾਂ 'ਚ। ਜੂਸ ਪੀਓ ਔਰ ਕਮੈਂਟ ਕਰੋ। ਗਰਮੀਆਂ ਦਾ ਮੌਸਮ ਦਾ ਆਨੰਦ ਲਓ ਔਰ ਖੂਬ ਮਜ਼ੇ ਕਰੋ। ਔਰ ਵੀਡੀਓ ਅੱਛੀ ਲੱਗੇ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਚੈਨਲ ਨੂੰ ਸ਼ੇਅਰ ਔਰ ਲਾਈਕ ਕਰਨਾ ਜ਼ਰੂਰ। ਮਿਲਦੇ ਹਾਂ ਆਪਾਂ ਅਗਲੀ ਵੀਡੀਓ 'ਚ।